ਹਾਂ ਸਰ, ਬੇਅਦਬੀ ਕਾਂਡ ਦੀ ਜਿਹੜੀ ਜਾਂਚ ਕਰ ਰਹੇ ਸੀ ਵਿਜੇ ਕੁਮਾਰ ਪ੍ਰਤਾਪ ਅਕਾਲੀ ਦਲ ਸ਼ਿਕਾਇਤ ਤੇ ਉਹਨੂੰ ਬਦਲੀ ਕਰ ਦਿੱਤੀ ਹੈ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਬੜਾ ਅਫਸੋਸ ਹੈ ਜੀ, ਸਾਨੂੰ ਸਿੱਖਾਂ ਦੇ ਨਾਲ ਜਿਹੜਾ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੈ 1991 ਦੇ ਵਿੱਚ ਇਸ ਨੇ ਆਖਰੀ ਮੌਕੇ ਦੇ ਉੱਤੇ ਸਾਡੇ ਇਲੈਕਸ਼ਨਸ ਪੰਜਾਬ ਦੇ ਰੱਦ ਕਰ ਦਿੱਤੇ ਸੀਗੇ। ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਬਰਗਾੜੀ ਦੀ ਤਫਤੀਸ਼ ਹੋ ਰਹੀ ਹੈ, ਜਿੱਥੇ ਜ਼ੁਲਮ ਹੋਇਆ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਸਾਡੇ ਬੱਚੇ ਮਾਰੇ ਗਏ ਹੈ, ਅਤੇ ਜਿਹੜੀ ਏਜੰਸੀ ਉਸ ਦੀ ਤਫਤੀਸ਼ ਕਰਦੀ ਹੈ ਪ੍ਰਤਾਪ ਸਿੰਘ, ਉਸ ਨੂੰ ਤਬਾਦਲਾ ਕਰ ਦੇਣਾ, ਇਹ ਤਾਂ ਕਾਂਗਰਸ ਅਤੇ ਬੀਜੇਪੀ ਅਤੇ ਇਲੈਕਸ਼ਨ ਕਮਿਸ਼ਨ ਦੀ ਮਿਲੀ ਭਗਤ ਦੇ ਨਾਲ ਇਹ ਸਾਰਾ ਕੁਝ ਹੋਇਆ ਕਿ ਸਿੱਖਾਂ ਨੂੰ ਇਨਸਾਫ ਨਾ ਮਿਲੇ, ਨਾ ਤਾਂ ਦਰਬਾਰ ਸਾਹਿਬ ਦਾ ਇਨਸਾਫ ਮਿਲੇ, ਨਾ 1984 ਜਿਹੜੀ ਸਾਡੀ ਨਸਲਕੁਸ਼ੀ ਹੋਈ ਹੈ ਉਹਦਾ ਇਨਸਾਫ ਮਿਲੇ। ਅੱਜ ਤੱਕ ਸਾਨੂੰ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ। ਜੇ ਮੈਂ ਇਹ ਇਨਸਾਫ ਦੀ ਗੱਲ ਕਰਦਾ, ਮੇਰੇ 'ਤੇ ਇਲਜ਼ਾਮ ਲੱਗ ਜਾਂਦਾ ਜੀ ਇਹ ਤਾਂ ਹਿੰਦੂਆਂ ਦੇ ਖਿਲਾਫ ਹੈ। ਮੇਰਾ ਮਤਲਬ ਸਾਡੀ ਆਵਾਜ਼ ਬੰਦ ਕਰਤੀ ਹੈ ਇਹੋ ਜਿਹੇ ਪ੍ਰੈਸ਼ਰ ਦੇ ਨਾਲ, ਕਿ ਇਹ ਤਾਂ ਇਹਦਾ ਅਸਰ ਇਹ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ, ਜਿੰਨੇ ਵੀ ਸਾਡੇ ਲੀਡਰ ਹੈ, ਬਾਦਲ, ਸੁਖਬੀਰ, ਸਾਰੇ ਇਹ ਤਾਂ ਹਿੰਦੁੱਤਵਾ ਦੇ ਨਾਲ ਰਲ ਗਏ ਹੈ। ਹੁਣ ਬਾਦਲ ਦੀ ਪਾਰਟੀ ਕਹਿੰਦੀ ਹੈ, ਟਕਸਾਲ ਦੀ ਅਕਾਲੀ ਦਲ ਕਹਿੰਦੀ ਹੈ ਕਿ ਜੇ ਅਸੀਂ ਜਿੱਤ ਗਏ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ, ਤਾਂ ਮੇਰਾ ਮਤਲਬ ਫਿਰ ਸਿੱਖਾਂ ਨੂੰ ਜਸਟਿਸ ਕਿਵੇਂ ਮਿਲੂਗੀ? ਰਾਹੁਲ ਗਾਂਧੀ ਡਰ ਗਿਆ, ਉਹ ਕਹਿੰਦਾ ਮੈਂ ਬ੍ਰਾਹਮਣ ਹੈ। ਹੁਣ ਸਾਰਾ ਦੇਸ਼ ਹੀ ਡਰਿਆ ਪਿਆ ਕਿ ਜੇ ਅਸੀਂ ਬੀਜੇਪੀ ਅਤੇ ਆਰਐਸਐਸ ਦੇ ਖਿਲਾਫ ਗੱਲ ਕਰਾਂਗੇ ਅਸੀਂ ਦੇਸ਼ ਧਰੋਈ ਹੈਗੇ ਹੈ। ਹੁਣ ਜਿੰਨੇ ਵੀ ਵਾਅਦੇ ਕੀਤੇ ਆ ਮੋਦੀ ਨੇ, ਕਾਂਗਰਸ ਨੇ, ਉਹ ਪੂਰੇ ਨਹੀਂ ਕੀਤੇ। ਬੀਜੇਪੀ ਨੇ ਮੈਨੀਫੈਸਟੋ ਜਾਰੀ ਕੀਤਾ ਆਪਣਾ, ਪਹਿਲਾਂ ਕਾਂਗਰਸ ਨੇ ਵੀ ਕੀਤਾ, ਕਿਸ ਤਰ੍ਹਾਂ ਦੇਖਦੇ ਹੋ ਦੋਨੋਂ ਪਾਰਟੀਆਂ ਦਾ ਮੈਨੀਫੈਸਟੋ? ਦੇਖੋ ਜੀ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਤਾਂ ਇਹਨਾਂ ਨੇ ਕੀਤੇ ਨਹੀਂ ਪੂਰੇ, ਨਵੇਂ ਵਾਅਦੇ ਕੀਤੇ ਨਹੀਂ। ਕਹਿੰਦੇ ਨੈਸ਼ਨਲ ਸਿਕਿਉਰਿਟੀ ਸਾਡਾ ਉੱਤਮ ਹੋਊਗਾ। ਹੁਣ ਜੇ ਨੈਸ਼ਨਲ ਸਿਕਿਉਰਿਟੀ ਦੀ ਡੈਫੀਨੇਸ਼ਨ ਨਹੀਂ ਹੈ, ਕੋਈ ਕਮੇਟੀ ਨਹੀਂ ਬਣੀ ਹੈ, ਅਤੇ ਨੈਸ਼ਨਲ ਸਿਕਿਉਰਿਟੀ ਦੇ ਵਿੱਚ ਤਾਂ ਜਿਹੜਾ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਹੈ, ਬਬਰੀ ਮਸਜਿਦ ਢਹਿ ਢੇਰੀ ਕੀਤੀ ਹੈ, ਮੁਸਲਮਾਨ 2000 ਮੋਦੀ ਨੇ 2002 ਦੇ ਵਿੱਚ ਕਤਲੇਆਮ ਕਰਤੇ ਹੈ ਜਦੋਂ ਚੀਫ ਮਿਨਿਸਟਰ ਸੀ, 60,000 ਸਿੱਖ ਬੇਦਖਲ ਆਪਣੀਆਂ ਜ਼ਮੀਨਾਂ ਤੋਂ ਗੁਜਰਾਤ ਦੇ ਵਿੱਚ ਕਰਤੇ ਜਦੋਂ ਮੋਦੀ ਚੀਫ ਮਿਨਿਸਟਰ ਸੀ, ਫਿਰ ਇਹ ਤਾਂ ਨੈਸ਼ਨਲ ਸਿਕਿਉਰਿਟੀ ਕਹਿ ਕੇ ਸਾਰਾ ਕੁਝ ਜਾਇਜ਼ ਹੈ ਜੀ? ਮੇਰਾ ਮਤਲਬ ਅਸੀਂ ਕਿਵੇਂ ਜੀਵਾਂਗੇ? ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੰਵਰ ਪ੍ਰਤਾਪ ਸਿੰਘ ਨੂੰ ਕੱਢ ਸਕਦਾ ਹੈ, ਤਾਂ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁਣ ਕਿਉਂ ਨਹੀਂ ਕਹਿੰਦਾ ਕਿ ਤੁਸੀਂ ਤਾਂ ਵਾਅਦੇ ਨਹੀਂ ਪਾਸ ਕੀਤੇ ਸਾਰੇ, ਅਤੇ ਤੁਹਾਨੂੰ ਤਾਂ ਮੈਂ ਬੇਦਲ ਕਰਦਾ ਇਲੈਕਸ਼ਨਾਂ ਤੋਂ, ਅਤੇ ਨਵੇਂ ਤੁਸੀਂ ਵਾਅਦੇ ਕੀਤੇ ਹੈ, ਤੁਹਾਡੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਨਹੀਂ ਹੈ ਕਿ ਇਹਨਾਂ ਨੂੰ ਐਂ ਬੁਲਾ ਕੇ ਕਹੇ ਕਿ ਜਿੰਨੇ ਵੀ ਤੁਸੀਂ ਵਾਅਦੇ ਕਾਂਗਰਸ ਨੇ, ਸਾਰੀਆਂ ਪਾਰਟੀਆਂ ਨੇ, ਬੀਜੇਪੀ ਨੇ ਕੀਤੇ ਹੈ, ਤੁਸੀਂ ਵਾਅਦੇ ਨਹੀਂ ਪੂਰੇ ਕੀਤੇ, ਨਵੇਂ ਵਾਅਦੇ ਕਰਤੇ ਹੈ, ਤੁਸੀਂ ਇਲੈਕਸ਼ਨਾਂ ਦੇ ਵਿੱਚ ਚੀਟਿੰਗ ਕੀਤੀ ਹੈ, ਬੇਈਮਾਨੀ ਕੀਤੀ ਹੈ, ਇਸ ਕਰਕੇ ਇਲੈਕਸ਼ਨ ਰੱਦ ਕਰ ਦਿਓ। ਉਸ ਵਕਤ ਪ੍ਰਾਈਮ ਮਿਨਿਸਟਰ ਨਰਸਿਮਾ ਰਾਓ ਸੀ, ਪਰ ਉਸਨੇ ਪ੍ਰਾਈਮ ਮਿਨਿਸਟਰ ਦੀ ਸਹੁੰ ਨਹੀਂ ਸੀ ਚੱਕੀ, ਅਤੇ ਪ੍ਰੈਜ਼ੀਡੈਂਟ ਦੀ ਕੌਨਸਟੀਟਿਊਸ਼ਨਲ ਡਿਊਟੀ ਹੈ ਟੂ ਐਕਟ ਔਨ ਦਾ ਐਡਵਾਈਸ ਆਫ ਇਸ ਪ੍ਰਾਈਮ ਮਿਨਿਸਟਰ। ਜਦੋਂ ਉਹਨੇ ਸਹੁੰ ਹੀ ਨਹੀਂ ਸੀ ਚੱਕੀ, ਉਹ ਪ੍ਰਾਈਮ ਮਿਨਿਸਟਰ ਹੀ ਨਹੀਂ ਸੀਗਾ, ਅਤੇ ਸਾਡੇ ਇਲੈਕਸ਼ਨ ਰੱਦ ਕਰਤੇ। ਹੁਣ ਕੰਵਰ ਪ੍ਰਤਾਪ ਸਿੰਘ ਜਿਹੜਾ ਸਾਨੂੰ ਜਸਟਿਸ ਦੇ ਰਿਹਾ ਸੀ ਉਸ ਨੂੰ ਕੱਢਤਾ। ਇਹ ਤਾਂ ਇਲੈਕਸ਼ਨ ਕਮਿਸ਼ਨ ਨੇ ਆਪਣੇ ਸਿਰ ਦੇ ਵਿੱਚ ਸਵਾਹ ਪਾਈ ਹੈ। ਮੇਰੀ ਟੱਕਰ ਉਹਦੇ ਨਾਲ ਹੈ ਜਿਹੜਾ ਮੈਨੂੰ ਕਹਿੰਦਾ ਮੈਂ ਹਿੰਦੂਆਂ ਦੇ ਖਿਲਾਫ ਹੈ, ਅਤੇ ਜਿਹੜੇ ਪੇਪਰ ਜੰਗ ਦੇ ਖਿਲਾਫ ਐਡੀਟੋਰੀਅਲ ਨਹੀਂ ਲਿਖਦੇ, ਜਿਹੜੀਆਂ ਪਾਰਟੀਆਂ ਜੰਗ ਦੇ ਖਿਲਾਫ ਨਹੀਂ ਬੋਲਦੀਆਂ, ਮੈਂ ਉਹਨਾਂ ਦੇ ਖਿਲਾਫ ਹੈ। ਜਿਹੜੇ ਹਿੰਦੁੱਤਵਾ ਦੇ ਵਿੱਚ ਰਲ ਗਏ ਹੈ ਪਾਰਟੀਆਂ, ਉਹਨਾਂ ਦੇ ਮੈਂ ਖਿਲਾਫ ਹੈ। ਹੁਣ ਮੈਂ ਕੀ ਕਰਾਂ? ਇਹ ਹੁਣ ਮੇਰਾ ਮਤਲਬ ਹੈ ਕਿ ਇੱਕ ਕਹਾਵਤ ਹੈ, ਰਾਜ ਅਤੇ ਖੁਰਕ ਕਰਨ ਦਾ ਮਜ਼ਾ ਉਸੇ ਨੂੰ ਆਉਂਦਾ ਜਿਹੜਾ ਰਾਜ ਕਰਦਾ ਹੋਵੇ ਅਤੇ ਜਿਹੜਾ ਖੁਰਕ ਕਰਦਾ ਹੋਵੇ। ਹੁਣ ਜੇ ਢੀਂਡਸੇ ਦਾ ਬੱਚਾ
राज करना चाहता है अपने बाप की नहीं मनता। औरंगजेब ने नहीं सी मनी, उन्हें भी अपना बाप अंदर देता सी बादशाह शाहजहां। हुण असीं की कर सकते हैं, ये सियासत ही इहो जी है, मजा आउंदा राज दा। ਮਾਨਸਾਹ ਕਸ਼ਮੀਰ ਦੇ ਵਿੱਚ